ਸਤਿ ਸ੍ਰੀ ਅਕਾਲ ਬੱਚੋ, ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਗੀ ਜਿਹਦਾ ਨਾਂ ਹੈ ਸਮਝਦਾਰ ਬੱਕਰੀ। ਬਹੁਤ ਸਮਾਂ ਪਹਿਲਾਂ ਜੰਗਲ ਵਿੱਚ ਡੱਬੂ ਨਾਂ ਦਾ ਇੱਕ ਭੇੜੀਆ ਰਹਿੰਦਾ ਸੀ। ਉਹ ਬੜੇ ਦਿਨਾਂ ਤੋਂ ਪਾਣੀ ਲੱਭਦਾ ਹੋਇਆ ਜੰਗਲ ਵਿੱਚ ਘੁੰਮ ਰਿਹਾ ਸੀ। ਪਾਣੀ ਨਾ ਪੀਣ ਦੇ ਕਾਰਨ ਉਹਦੀ ਸਿਹਤ ਬਹੁਤ ਖਰਾਬ ਹੁੰਦੀ ਜਾ ਰਹੀ ਸੀ। ਪਤਾ ਨਹੀਂ ਮੈਨੂੰ ਹੋਰ ਕਿੰਨਾ ਚੱਲਣਾ ਪੈਣਾ, ਜੇ ਮੈਨੂੰ ਛੇਤੀ ਪਾਣੀ ਨਾ ਮਿਲਿਆ ਤਾਂ ਮੇਰੇ ਸਾਈ ਸੁੱਕ ਜਾਣਗੇ। ਉਹ ਬਚਾਲਾ ਹੈ ਰੱਬਾ। ਉਦੋਂ ਹੀ ਉਹਨੂੰ ਇੱਕ ਖੂਹ ਵਿਖਿਆ। ਖੂਹ ਨੂੰ ਵੇਖ ਕੇ ਭੇੜੀਆ ਬਹੁਤ ਖੁਸ਼ ਹੋਇਆ। ਉਹ ਖੁਸ਼ੀ ਤੋਂ ਭੱਜਦਾ ਹੋਇਆ ਖੂਹ ਦੇ ਕੋਲ ਗਿਆ ਤੇ ਝਾਕ ਕੇ ਖੂਹ ਦੇ ਵਿੱਚ ਵੇਖਣ ਲੱਗਿਆ। ਖੂਹ ਦੇ ਵਿੱਚ ਪਾਣੀ ਦੇ ਨਾਲ ਨਾਲ ਇੱਕ ਬੱਕਰੀ ਵੀ ਸੀ। ਇਹ ਵੇਖ ਕੇ ਭੇੜੀਆ ਬਹੁਤ ਖੁਸ਼ ਹੋਇਆ। ਓਏ ਹੋਏ, ਇਹ ਤਾਂ ਮੈਨੂੰ ਪਾਣੀ ਦੇ ਨਾਲ ਨਾਲ ਖਾਣਾ ਵੀ ਮਿਲ ਗਿਆ। ਭੇੜੀਏ ਨੇ ਛੇਤੀ ਖੂਹ ਵਿੱਚ ਛਾਲ ਮਾਰਤੀ। ਭੇੜੀਏ ਨੂੰ ਵੇਖ ਬੱਕਰੀ ਡਰ ਗਈ। ਉਹਨੂੰ ਲੱਗਿਆ ਕਿਧਰੇ ਭੇੜੀਆ ਉਹਨੂੰ ਖਾ ਨਾ ਜਾਵੇ। ਭੇੜੀਆ ਦੂਜੇ ਪਾਸੇ ਮੂੰਹ ਕਰਕੇ ਪਾਣੀ ਪੀਣ ਲੱਗਿਆ। ਵਾਹ, ਇੰਨਾ ਮਿੱਠਾ ਪਾਣੀ, ਮਜ਼ਾ ਹੀ ਆ ਗਿਆ। ਖੂਹ ਦਾ ਮਿੱਠਾ ਪਾਣੀ ਪੀ ਕੇ ਭੇੜੀਆ ਬਹੁਤ ਖੁਸ਼ ਹੋਇਆ। ਫਿਰ ਉਹਨੇ ਖੂਹ ਦੀ ਕੰਧਾਂ ਵੱਲ ਵੇਖਿਆ ਤੇ ਉਹ ਹੈਰਾਨ ਰਹਿ ਗਿਆ। ਓਏ, ਮੈਂ ਛਾਲ ਮਾਰਨ ਤੋਂ ਪਹਿਲਾਂ ਤਾਂ ਸੋਚਿਆ ਹੀ ਨਹੀਂ ਕਿ ਮੈਂ ਇਸ ਖੂਹ ਤੋਂ ਬਾਹਰ ਕਿਵੇਂ ਨਿਕਲੂੰਗਾ। ਉਹਨੇ ਖੂਹ ਤੋਂ ਬਾਹਰ ਨਿਕਲਣ ਲਈ ਬਹੁਤ ਛਲਾਂਗਾਂ ਲਾਈਆਂ, ਪਰ ਉਹ ਖੂਹ ਤੋਂ ਬਾਹਰ ਨਹੀਂ ਨਿਕਲ ਸਕਿਆ। ਕੁਝ ਦੇਰ ਬਾਅਦ ਉਹ ਥੱਕ ਗਿਆ ਤੇ ਡਰੀ ਹੋਈ ਬੱਕਰੀ ਨੂੰ ਵੇਖ ਕੇ ਸੋਚਣ ਲੱਗਿਆ। ਇਹ ਬੱਕਰੀ ਬਹੁਤ ਸਵਾਦ ਲੱਗ ਰਹੀ ਹੈ, ਪਹਿਲਾਂ ਮੈਂ ਇਹਨੂੰ ਖਾ ਲੈਣਾ, ਫਿਰ ਇਸ ਖੂਹ ਤੋਂ ਬਾਹਰ ਨਿਕਲਣ ਦੀ ਤਰਕੀਬ ਲਾਊਂਗਾ। ਉਹ ਬੱਕਰੀ ਦੀ ਤਰਫ ਵਧਿਆ। ਬੱਕਰੀ ਨੂੰ ਕੁਝ ਨਹੀਂ ਸੁਝਿਆ ਕਿ ਉਹ ਕੀ ਕਰੇ। ਫਿਰ ਉਹਨੇ ਭੇੜੀਏ ਨੂੰ ਕਿਹਾ, ਭੇੜੀਏ ਭਾਈ, ਕਿ ਤੁਸੀਂ ਮੈਨੂੰ ਅੱਜ ਮਾਰ ਕੇ ਖਾਣਾ ਲਿਓ। ਨਾ ਹੋਰ, ਮੈਂ ਤੈਨੂੰ ਕਮਲਾ ਲੱਗਦਾ ਕਿ ਇੰਨੀ ਆਸਾਨੀ ਤੋਂ ਹੱਥ ਹੀ ਬੱਕਰੀ ਨੂੰ ਆਈ ਜਾਣ ਦਊਂਗਾ। ਪਰ ਇੱਕ ਗੱਲ ਸੁਣੋ ਪਾਜੀ, ਮੇਰੇ ਕੋਲ ਇਸ ਖੂਹ ਤੋਂ ਨਿਕਲਣ ਦੀ ਇੱਕ ਤਰਕੀਬ ਹੈ। ਜੇ ਤੁਸੀਂ ਮੈਨੂੰ ਮਾਰ ਦੋਗੇ ਤੇ ਖੂਹ ਤੋਂ ਬਾਹਰ ਨਹੀਂ ਨਿਕਲ ਸਕੋਗੇ ਤੇ ਠੰਡ ਦੇ ਮਾਰੇ ਅੱਜ ਰਾਤੀ ਮਰ ਜਾਓਗੇ। ਕਿਹੜੀ ਤਰਕੀਬ? ਮੈਂ ਕੁਝ ਸਮਾਂ ਤੋਂ ਇਸ ਖੂਹ ਵਿੱਚ ਹਾਂ, ਮੈਨੂੰ ਬਹੁਤ ਪਿਆਸ ਲੱਗੀ ਸੀ, ਇਸ ਲਈ ਮੈਂ ਬਿਨਾਂ ਕੁਝ ਸੋਚੇ ਸਮਝੇ ਇਸ ਖੂਹ ਵਿੱਚ ਟੱਪ ਗਈ ਸੀ। ਹਾਂ, ਮੈਂ ਵੀ ਇਹੀ ਉਹ ਬੇਵਕੂਫੀ ਕੀਤੀ ਹੈ। ਟੱਪਣ ਤੋਂ ਬਾਅਦ ਮੈਨੂੰ ਖੂਹ ਦੀ ਗਹਿਰਾਈ ਬਾਰੇ ਪਤਾ ਚੱਲਿਆ। ਮੈਂ ਇਸ ਖੂਹ ਤੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਫਿਰ ਜਾ ਕੇ ਮੈਨੂੰ ਪਤਾ ਚੱਲਿਆ ਕਿ ਕੋਈ ਹੋਰ ਜਾਨਵਰ ਹੀ ਮੈਨੂੰ ਇਸ ਖੂਹ ਤੋਂ ਕੱਢ ਸਕਦਾ ਹੈ। ਜੇ ਤੁਸੀਂ ਮੇਰੇ ਉੱਤੇ ਚੜ੍ਹ ਕੇ ਛਲਾਂਗ ਲਾਓ ਤੇ ਤੁਸੀਂ ਇਸ ਖੂਹ ਤੋਂ ਨਿਕਲ ਸਕਦੇ ਹੋ ਤੇ ਬਾਹਰ ਜਾ ਕੇ ਤੁਸੀਂ ਮੇਰੇ ਲਈ ਇੱਕ ਰੱਸੀ ਸੁੱਟ ਦੇਣਾ, ਨਹੀਂ ਤੇ ਤੁਸੀਂ ਚਾਹੋ ਤੇ ਮੈਨੂੰ ਖਾ ਵੀ ਸਕਦੇ ਹੋ, ਪਰ ਫਿਰ ਤੁਹਾਨੂੰ ਵੀ ਮੇਰੇ ਵਾਂਗੂ ਕਿਸੇ ਹੋਰ ਜਾਨਵਰ ਦੀ ਰਾਹ ਉਡੀਕਣੀ ਪੈਣੀ ਹੈ ਤੇ ਹੋ ਸਕਦਾ ਹੈ ਤੁਸੀਂ ਕਦੇ ਖੂਹ ਤੋਂ ਬਾਹਰ ਨਿਕਲ ਹੀ ਨਾ ਸਕੋ। ਬੱਕਰੀ ਦੀ ਗੱਲ ਸੁਣ ਭੇੜੀਆ ਸੋਚਾਂ ਵਿੱਚ ਪੈ ਗਿਆ। ਇਹ ਬੱਕਰੀ ਗੱਲ ਤਾਂ ਜਮਾਂ ਸਹੀ ਕਹਿ ਰਹੀ ਹੈ, ਜੇ ਮੈਂ ਇਹਨੂੰ ਖਾ ਗਿਆ ਤਾਂ ਇਸ ਖੂਹ ਤੋਂ ਬਾਹਰ ਕਿਵੇਂ ਨਿਕਲੂੰਗਾ। ਉਂਝ ਵੀ ਮੈਂ ਤਾਂ ਇਹਨੂੰ ਖੂਹ ਤੋਂ ਬਾਹਰ ਨਿਕਲ ਕੇ ਵੀ ਖਾ ਸਕਦਾ। ਭੇੜੀਏ ਨੇ ਬੱਕਰੀ ਨੂੰ ਕਿਹਾ, ਤੂੰ ਜਮਾਂ ਸਹੀ ਕਹਿ ਰਹੀ ਹੈ, ਸਮਝਦਾਰੀ ਇਹਦੇ ਵਿੱਚ ਹੀ ਹੈ ਕਿ ਅਸੀਂ ਦੋਵੇਂ ਇੱਕ ਦੂਜੇ ਦੀ ਮਦਦ ਕਰੀਏ। ਬੱਕਰੀ ਨੇ ਆਪਣੇ ਪੈਰਾਂ ਨੂੰ ਖੂਹ ਦੀ ਕੰਧ ਤੇ ਟਿਕਾ ਲਿਆ ਤੇ ਸਿਰ ਥੱਲੇ ਕਰਕੇ ਖਲੋ ਗਈ। ਭੇੜੀਏ ਨੇ ਉਹਦੇ ਉੱਤੇ ਚੜ੍ਹ ਕੇ ਬਹੁਤ ਜ਼ੋਰ ਦੀ ਛਲਾਂਗ ਲਗਾਈ ਤੇ ਉਹ ਖੂਹ ਤੋਂ ਬਾਹਰ ਨਿਕਲ ਗਿਆ। ਬਾਹਰ ਆ ਕੇ ਉਹਨੇ ਰੱਸੀ ਲੱਭੀ ਤੇ ਬੱਕਰੀ ਨੂੰ ਵੀ ਖੂਹ ਤੋਂ ਬਾਹਰ ਕੱਢ ਲਿਆ। ਭੇੜੀਆ ਬੱਕਰੀ ਨੂੰ ਖਾਣ ਲਈ ਉਹਦੇ ਤੇ ਚਪਟਣ ਹੀ ਵਾਲਾ ਸੀ ਕਿ ਬੱਕਰੀ ਨੇ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ ਭੇੜੀਏ ਪਾਜੀ, ਤੁਸੀਂ ਚਾਹੁੰਦੇ ਤਾਂ ਮੈਨੂੰ ਮਾਰ ਕੇ ਖਾ ਵੀ ਸਕਦੇ ਸੀ, ਪਰ ਤੁਸੀਂ ਮੈਨੂੰ ਨਹੀਂ ਖਾਤਾ, ਮੈਂ ਤੁਹਾਡਾ ਇਹ ਉਪਕਾਰ ਹਮੇਸ਼ਾ ਯਾਦ ਰੱਖਾਂਗੀ। ਬੱਕਰੀ ਦੀ ਗੱਲ ਸੁਣ ਭੇੜੀਏ ਨੂੰ ਬਹੁਤ ਚੰਗਾ ਲੱਗਿਆ। ਲਾਲਚ ਵਿੱਚ ਪੈ ਕੇ ਹੀ ਸਹੀ, ਉਹਨੇ ਅੱਜ ਇੱਕ ਬਹੁਤ ਚੰਗਾ ਕੰਮ ਕੀਤਾ ਸੀ। ਉਹਨੇ ਬੱਕਰੀ ਨੂੰ ਕਿਹਾ, ਧੰਨਵਾਦ ਤਾਂ ਮੈਨੂੰ ਤੇਰਾ ਕਰਨਾ ਚਾਹੀਦਾ, ਜੇ ਤੂੰ ਮੈਨੂੰ ਇਸ ਖੂਹ ਤੋਂ ਬਾਹਰ ਨਿਕਲਣ ਦੀ ਤਰਕੀਬ ਨਾ ਦੱਸਦੀ ਤਾਂ ਮੈਂ ਇਸ ਖੂਹ ਦੇ ਅੰਦਰ ਹੀ ਰਹਿ ਜਾਂਦਾ, ਤੇ ਰਹੀ ਗੱਲ ਤੈਨੂੰ ਮਾਰ ਕੇ ਖਾਣ ਦੀ ਤਾਂ ਉਹ ਤਾਂ ਮੈਂ ਤੈਨੂੰ ਹੁਣ ਵੀ ਖਾ ਸਕਦਾ, ਪਰ ਇਸ ਤੋਂ ਪਹਿਲਾਂ ਮੇਰਾ ਮਨ ਬਦਲੇ
ਇੱਥੋਂ ਦੀ ਚਲੀ ਜਾ ਤੂੰ। ਇਹ ਕਹਿ ਕੇ ਭੇੜੀਆ ਉੱਥੋਂ ਚਲਾ ਗਿਆ ਤੇ ਬੱਕਰੀ ਵੀ ਖੁਸ਼ੀ ਖੁਸ਼ੀ ਆਪਣੇ ਘਰ ਮੁੜ ਗਈ। ਤਾਂ ਬੱਚਿਓ, ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਕਿ ਸਮੇਂ ਦੇ ਮੁਤਾਬਕ ਸਾਨੂੰ ਦੁਸ਼ਮਣ ਦੇ ਨਾਲ ਵੀ ਯਾਰੀ ਕਰ ਲੈਣੀ ਚਾਹੀਦੀ ਏ ਤੇ ਹਮੇਸ਼ਾ ਅਕਲ ਨਾਲ ਕੰਮ ਲੈਣਾ ਚਾਹੀਦਾ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।